ਬੁਰੀ ਸਾਹਿਬ ਕੰਮ ਤੇ ਡਾਡਾ ਹੋ ਗਿਆ ਸੀ ਹੁਣ ਤੁਸੀਂ ਕੀ ਲੈਣਾ ਹੈ ਡਾਕਟਰ ਸਾਹਿਬ ਬੈਲੋ ਮਠਾਈ ਖਾਓ ਤੇ ਮੈਨੂੰ ਆਪਣਾ ਮਰੀਦ ਬਣਾ ਲਓ ਜਦੋਂ ਦੇ ਤੁਹਾਡੇ ਕੁੱਤੇ ਦੇ ਕੱਟਣ ਨਾਲ ਮੇਰੀ ਬੀਵੀ ਫੌਤ ਹੋਈ ਹੈ ਮੇਰੀ ਹਿਆਤੀ ਖੁਸ਼ੀਆਂ ਨਾਲ ਭਰ ਗਈ ਉਹ ਤੇ ਤੇਰੇ ਮੁਖੜੇ ਤੋਂ ਨਜ਼ਰ ਆਂਦਿਆ ਕਿ ਤੂੰ ਕਿੰਨਾ ਖੁਸ਼ ਹੈ ਹੁਣ ਹਰ ਪਾਸੇ ਇੱਜ਼ਤ ਅਮਨ ਤੇ ਸਕੂਨ ਹੈ ਮੇਰੀ ਮਰਹੂਮਾ ਬੀਵੀ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਮੇਰੀ ਜਿਵੇਂ ਕੁੱਤਿਆਂ ਲਈ ਕੀਤੀ ਸੀ ਉਹਨੀ ਤੇ ਕਿਸੇ ਗਵਾਰਾ ਕੁੱਤਿਆਂ ਨੇ ਨਹੀਂ ਕੀਤੀ ਉਹ ਮੈਨੂੰ ਆਪਣੇ ਸ਼ੇਰੂ ਲਾਡਲੇ ਕੁੱਤੇ ਤੇ ਬੜਾ ਹੀ ਮਾਣ ਹੈ डॉक्टर दीवा के कुत्ते के काटने से तीन खवातीन हलाक हो गई वाह वाह लगता साडा भी काम बन गया है सानू भी डॉक्टर दीवा के कुत्ते दी खिदमात हासिल करनी पैणगियां साडी बुढ़ी दूजे विआह की इजाजत नहीं देंदी ना तो ना दे रंडे बंदे नूं तो दो चार विआह करन दी मुकम्मल इजाजत हुंदी है उठो अंजम शहजाद ते डॉक्टर दीवा दी खिदमात हासिल कर डॉक्टर साहब मैं तनु की दसा सस मेरी ने मेरा जीना मुश्किल ही नहीं हराम कीता होया बड़ी है तभी गल खावन मेरा कन्फर्म चुड्डू है मां दी ना हर गल च हां नाल हां मिलांदा मैं चंगा पा लवा सस नु तद अग लगदी है मैं चंगा खा लवा तद सस नु अग लगदी मैं पेके जावा तद सस नु अग लगदी तेरी सास किते पेट्रोल ते नहीं छोड़ते बड़ा मैं डॉक्टर साहब अपने कुत्ते नु मेरे नाल भिजवाओ ते मेरी सास तो मेरी जान छुड़ाओ मैडम जी तुसी अपना दुख बयान करो मैं करूं ना सिर्फ अपने आशिक नाल विवाह कीता जो कुछ भी करो चोरी किया ओदी जेब च पाया ब्रादर दिते सोना दिता चांदी दिती रूही मेरा ना रिया उस कुत्ते ते सब को पहला हाथ मेरा सशी ने इतना ब्याह किया वो बड़ी सुनानी बड़ी सियानी में अब खुली तूफानी करते उठ चुकानी यकीनन बड़ा शामती रिश्तेदार हो गई तुम्हारा नाम डॉक्टर दीवा मैं चाहनी है तुम्हारे दीवी की रोशनी ना मेरी दुनिया भी रोशन हो जाए ਤੁਸੀਂ ਆਪ ਸੋਚੋ ਜਿੰਦੀ ਜਾਗਦੀ ਔਰਤ ਕਿਸੇ ਹੋਰ ਔਰਤ ਦੇ ਨਾਲ ਆਪਣਾ ਬੈਡ ਸ਼ੇਅਰ ਕਰ ਸਕਦੀ ਨਹੀਂ ਨਾ ਜੀ ਸ਼ੇਅਰਿੰਗ ਖੁੱਦੀ ਨਹੀਂ ਲੱਗਦਾ ਸਮਾਨਾ ਬਹੁਤ ਕੀ ਕਰਦੀ ਨਾ ਅੰਜਮ ਸ਼ਹਿਜ਼ਾਦ ਫਰੋਮ ਸਮਾ ਸਟਾ ਦਾ ਅਦਾਬ ਕਬੂਲ ਫਰਮਾ ਤੁਸੀਂ ਬਗੈਰ ਇਜਾਜ਼ਤ ਦੇ ਕਿਉਂ ਮੇਰੇ ਕਲੀਨਿਕ ਚ ਆ ਗਏ ਤੁਹਾਨੂੰ ਨਹੀਂ ਪਤਾ ਕਿ ਲੇਡੀਜ਼ ਬੈਠੀਆਂ ਨੇ ਜਨਾਬ ਤੁਹਾਡੇ ਕੁੱਤੇ ਦੀ ਬੜੀ ਬਦਨਾਮੀ ਹੋ ਰਹੀ ਹੈ ਸਿਰਫ 2 ਘੰਟਿਆਂ ਲਈ ਮੈਨੂੰ ਨੈਸ ਫਰਮਾ ਦਿਓ ਸਾਰੀ ਯਾਤੀ ਤੁਹਾਡਾ ਗੁਲਾਮ ਦਾ ਜਨਾਬ ਅੰਜਮ ਸ਼ਹਿਜ਼ਾਦ ਸਾਹਿਬ ਹੁਣ ਤੱਕ ਕੋਈ 150 ਦਰਖਾਸਤਾਂ ਮੇਰੇ ਕੁੱਤੇ ਦੀ ਖਿਦਮਤ ਹਾਸਲ ਕਰਨ ਵਾਸਤੇ ਆ ਚੁੱਕੀਆਂ ਨੇ 150 ਦਰਖਾਸਤਾਂ ਸਾਹਮਣੇ ਬੈਠੀਆਂ ਵਰਸਸ ਲੇਗੀ ਮੈਨੂੰ ਮਿਲਣ ਨਹੀਂ ਆਈਆਂ ਮੇਰੇ ਲਾਡਲੇ ਕੁੱਤੇ ਦੀ ਖਿਦਮਤ ਵਾਸਤੇ ਹਾਜ਼ਰ ਹੋ ਜਾਂਦੇ ਹਾਂਜੀ ਉਹ ਜਨਾਬ ਅੰਜਮ ਸ਼ਹਿਜ਼ਾਦ ਸਾਹਿਬ ਤੁਸੀਂ ਜਿਵੇਂ ਆਇਓ ਜਿੱਥੋਂ ਆਇਓ ਓਵੇਂ ਹੀ ਨਵੇਂ ਨਵੇਂ ਹੋ ਕੇ ਨਿਕਲ ਜਾਓ ਸਭ ਤੋਂ ਪਹਿਲੇ ਉਹ ਹੀਰੇ ਵਰਗਾ ਕੁੱਤਾ ਮੈਂ ਲਵਾਂਗੀ ਕੁੱਤਾ ਤੁਸੀਂ ਕਿਉਂ ਲੈ ਕੇ ਜਾਓਗੇ ਪਹਿਲੇ ਮੈਂ ਲੈ ਕੇ ਜਾਵਾਂਗੀ ਕੁੱਤਾ ਤੂੰ ਲੈ ਕੇ ਜਾਏਂਗੀ ਉਹ ਡਾਕਟਰ ਸਾਹਿਬ ਉਹ ਮੈਂ ਖਾਲੀ ਹੱਥ ਸਮਾਂ ਸਟਾ ਟੁਰ ਜਾਗਾ ਉੱਥੇ ਲੋਕਾਂ ਨੂੰ ਕੀ ਮੂੰਹ ਖਾਵਾਂਗਾ ਨਾਲੇ ਬੌਲਪੁਰੀ ਫਰੈਂਡਸ ਪਰੇਸ਼ਾਨ ਨਹੀਂ ਹੋਣਾ ਤੂੰ 3 ਸਾਲ ਦੀ ਖਿਦਮਤ ਮੇਰਾ ਪੇਸ਼ਾ ਹੈ ਮੈਂ ਆਪਣੇ ਲਾਡਲੇ ਕੁੱਤੇ ਕੋਲ ਪੁੱਛ ਲੈਣਾ ਜੋ ਦੀ ਹਦਾਇਤ ਹੋਏਗੀ ਉਹ ਤੇ ਅਮਲ ਕਰ ਲਵਾਂਗਾ ਜੀ ਗੱਲ ਲੈਂਦੇ ਮੇਰੇ ਕੁੱਤੇ ਨੇ ਕਿਹਾ ਕਿ ਡਾਕਟਰ ਦੀਵਾ ਸਾਹਿਬ ਜੋ ਤੁਹਾਡਾ ਫੈਸਲਾ ਉਹ ਮੇਰਾ ਫੈਸਲਾ ਵਾਹ ਵਾਹ ਜਿੰਦਾਬਾਦ ਡਾਕਟਰ ਸਾਹਿਬ ਮੈਂ ਤੁਹਾਨੂੰ 10 ਲੱਖ ਰੁਪਇਆ ਦੇਣ ਨੂੰ ਤਿਆਰ ਹਾਂ ਕੁੱਤਾ ਮੈਨੂੰ ਦੇ ਦੇ ਉਹ ਡਾਕਟਰ ਸਾਹਿਬ ਮੇਰੇ ਕੋ 20 ਲੱਖ ਰੁਪਇਆ ਲੈ ਲਓ ਡਾਕਟਰ ਸਾਹਿਬ ਮੇਰੇ ਕੋ 30 ਲੱਖ ਦੇ ਲਓ ਡਾਕਟਰ ਸਾਹਿਬ ਮੇਰੇ ਕੋ 35 ਲੱਖ ਲੈ ਲਓ ਉਹ ਡਾਕਟਰ ਦੀਵਾ ਮੇਰੇ ਕੋ ਰੁਪਇਆ 50 ਲੱਖ ਲੈ ਲੈ ਤਾਂ ਕੁੱਤਾ ਮੇਰੇ ਆਵੇਗਾ ਚੁੱਪ ਕਰ ਬੱਸ ਸਾਰੇ ਚੁੱਪ ਕਿਸੇ ਦੀ ਆਵਾਜ਼ ਨਹੀਂ ਆਣੀ ਚਾਹੀਦੀ ਮੈਨੂੰ ਸਮਝਿਆ ਕਿ ਨਹੀਂ ਅਬੇ 20 ਲੱਖ ਮੈਂ ਕਿਹਾ ਡਾਕਟਰ ਸਾਹਿਬ देखो जरा प्लान चेक और जिन्ने मर्जी वेच अपनी मर्जी ना पालो कुत्ता मेरी गड्डी च पचा दे चुप तू ए फड़ो चेक ए तो नहीं दे